ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਾਰਡ ਨੰਬਰ 22 ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਓਐਸਡੀ ਅੰਕਿਤ ਬਾਂਸਲ ਅਤੇ ਕੌਂਸਲਰ ਰਾਜੂ ਅਰੋੜਾ ਦੀ ਅਗਵਾਈ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਸ਼ੇਰਪੁਰ ਪਾਣੀ ਵਾਲੇ ਟੈਂਕੀ ਤੋਂ ਸ਼ੁਰੂ ਹੋ ਕੇ ਜਗਰਾਉਂ ਪੁਲ ਵਿਖੇ ਜਾ ਕੇ ਸਮਾਪਤ ਹੋਇਆ ਅਤੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਸਰੋਪਾ ਪਾਇਆ ਗਿਆ। ਇਸ ਮੌਕੇ ਓਐਸਡੀ ਅੰਕਿਤ ਬਾਂਸਲ, ਕੌਂਸਲਰ ਰਾਜੂ ਅਰੋੜਾ, ਸਾਹਿਲ ਮੋਰਿਆ, ਹਰਦੀਪ ਸਿੰਘ ਮੁੰਡੀ, ਸਨੀ ਸ਼ੇਰਪੁਰੀਆ, ਗੁਰਪ੍ਰੀਤ ਪਹਿਲਵਾਨ, ਮਨੀ ਗਰੇਵਾਲ, ਪ੍ਰਧਾਨ ਰਣਬੀਰ ਸਿੰਘ, ਸੰਜੇ ਸੰਸੂਈ, ਬਬਲੂ ਕੁਮਾਰ, ਚਿੰਟੂ ਅਰੋੜਾ, ਰਾਜੂ ਸ਼ੇਰਪੁਰੀਆ, ਲਵਦੀਪ ਸਿੰਘ, ਅਨਿਲ ਕੁਮਾਰ, ਰਜਿੰਦਰ ਸਿੰਘ, ਆਕਾਸ਼ ਕੁਮਾਰ, ਇੰਦਰਜੀਤ ਸਿੰਘ, ਮੱਖਣ ਨਿਗਮ, ਰਾਹੁਲ ਕੁਮਾਰ, ਚੰਨੀ ਢੀਂਡਸਾ ਅਤੇ ਮਨਜੀਤ ਸਿੰਘ ਆਦਿ ਸ਼ਾਮਲ ਸਨ। ਅੱਜ ਵਾਰਡ ਨੰਬਰ 22 ਦੇ ਵਿੱਚ ਸ਼ੇਰਪੁਰ 'ਚ ਸਾਡੇ ਵੱਡੇ ਵੀਰ ਬਾਂਸਲ ਜੀ ਓਐਸਡੀ ਸੀਐਮ ਉਹ ਪਹੁੰਚੇ ਨੇ। ਸਾਡਾ ਜਿਹੜਾ ਅੱਜ ਭਗਤ ਸਿੰਘ ਜੀ ਦਾ 113ਵਾਂ ਜਨਮ ਦਿਹਾੜਾ, ਮੇਨ ਸਾਡਾ ਮੈਸੇਜ ਇਹ ਹੈ, ਜਿਹੜੀ ਆ ਸਾਡੀ ਸਾਰੇ ਵਾਰਡ ਦੀ ਯੂਥ ਇੱਥੇ ਪਹੁੰਚੀ ਹੈ, ਇਹਦੀ ਜਿਹੜੀ ਰਹਿਨੁਮਾਈ ਕਰ ਰਹੇ ਹਾਂ ਰਾਜੂ ਸ਼ੇਰਪੁਰੀਆ ਜੀ, ਸਨੀ ਜੀ, ਅਨਿਲ ਜੀ, ਲਵਦੀਪ ਜੀ, ਇਹਨਾਂ ਦਾ ਮੈਂ ਆਭਾਰੀ ਹਾਂ ਵੀ ਜਿਹੜੀ ਇਹਨਾਂ ਦੀ ਸੋਚ ਹੈ, ਇਹਨਾਂ ਨੇ ਅੱਜ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਵੀ 2-4 ਦਿਨ ਪਹਿਲਾਂ ਜਿਵੇਂ ਸਾਡਾ ਮੇਲ ਹੋਇਆ, ਜੋ ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਉਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਦਾ ਦਿਹਾੜਾ ਇਸ ਲਈ ਚੂਜ਼ ਕੀਤਾ ਵੀ ਜੋ ਸ਼ਹੀਦ ਭਗਤ ਸਿੰਘ ਜੀ ਨੇ ਉਪਰਾਲਾ ਦਿੱਤਾ ਸੀ ਉਹਨੂੰ ਦੇਖਦੇ ਹੋਏ ਅੱਜ ਸੈਂਟਰ ਦੀ ਜਿਹੜੀ ਮੋਦੀ ਸਰਕਾਰ ਹੈ ਉਹਨੂੰ ਉਠਾਉਣ ਵਾਸਤੇ ਇਹ ਅੱਜ ਮੋਟਰਸਾਈਕਲ ਰੈਲੀ ਕੱਢ ਰਹੇ। ਸਰ, ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ, ਜੇ ਆਪਾਂ ਓਰਡੀਨੈਂਸ ਬਿੱਲ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਲਗਾਤਾਰ ਵਿਰੋਧ ਕਰ ਰਹੀ ਆ, ਅਕਾਲੀ ਦਲ ਵੀ ਕਰ ਰਹੀ ਆ, ਆਮ ਆਦਮੀ ਪਾਰਟੀ ਵੀ ਕਰ ਰਹੀ ਆ, ਔਰ ਲੋਕ ਇਨਸਾਫ ਪਾਰਟੀ ਵੀ ਕਰ ਰਹੀ ਆ, ਕਿ ਜੇ ਇਹ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਵਿਰੋਧ ਕਰਨ ਕੀ ਇਹ ਬਿੱਲ ਕੈਂਸਲ ਨਹੀਂ ਹੋ ਸਕਦਾ? ਮੈਂ ਪਹਿਲਾਂ ਇਹੀ ਤੁਹਾਨੂੰ ਬੋਲਿਆ ਵੀ ਇਹ ਪੂਰੇ ਵਾਰਡ ਵਿੱਚੋਂ ਪੂਰੀ ਜਿਹੜੀ ਯੂਥ ਪਹੁੰਚੀ ਹੈ, ਇਹਦੇ ਵਿੱਚ ਬੀਜੇਪੀ ਤੋਂ ਵੀ ਸਾਥੀ ਨੇ, ਸੋਰੀ ਬੀਜੇਪੀ ਨਹੀਂ ਅਕਾਲੀ ਦਲ ਤੋਂ ਵੀ ਸਾਥੀ ਨੇ, ਔਰ ਆਮ ਆਦਮੀ ਪਾਰਟੀ ਵਾਲੇ ਵੀ ਆ। ਇਹਨਾਂ ਨੇ ਪਾਰਟੀ ਨੂੰ ਪਿੱਛੇ ਛੱਡ ਕੇ, ਚਾਹੇ ਮੈਂ ਕਾਂਗਰਸ ਪਾਰਟੀ ਤੋਂ ਪਾਰਸ਼ਦ ਹਾਂ, ਪਰ ਇਹਨਾਂ ਨੇ ਪਾਰਟੀ ਬਾਜੀ ਨੂੰ ਪਿੱਛੇ ਛੱਡ ਕੇ ਸਾਰਿਆਂ ਨੇ ਹੋਮੋ ਮਾਰੇ ਇਕੱਠੇ ਜਾਣ ਦਾ ਹੁੰਦਾ। ਮਤਲਬ ਤੁਹਾਡੇ ਕਹਿੰਦੇ ਉਹ ਸਾਰੀਆਂ ਪਾਰਟੀਆਂ ਸਮੇਂ ਇੱਕੋ ਪਲੇਟਫਾਰਮ ਵਿੱਚ ਇਕੱਠੀਆਂ ਕਰਕੇ ਵੀ ਪਾਰਟੀ ਬਾਜੀ ਛੱਡ ਕੇ ਆਪਾਂ ਕਿਸਾਨਾਂ ਦੇ ਨਾਲ ਕੋਈ ਹੱਕ ਨਹੀਂ ਖੜ ਰਹੇ। ਅੱਜ ਸ਼ੇਰਪੁਰ ਯੂਥ ਕਲੱਬ ਵੱਲੋਂ ਜਿਹੜਾ ਰਾਜੂ ਅਰੋੜਾ ਜੀ ਕੌਂਸਲਰ ਸਾਹਿਬ ਦੀ ਅਗਵਾਈ ਦੇ ਵਿੱਚ ਗੁਰਪ੍ਰੀਤ ਪਹਿਲਵਾਨ, ਸੋਨੂ ਜੀ, ਅਨਿਲ ਜੀ, ਰਾਜੂ ਜੀ ਸਾਰਿਆਂ ਦੀ, ਮਨੀ ਜੀ ਦੇ ਸਾਰਿਆਂ ਦੇ ਅਗਵਾਈ ਦੇ ਵਿੱਚ ਇੱਕ ਬੜਾ ਵੱਡਾ ਪਹਿਲਾਂ ਮੋਟਰਸਾਈਕਲ ਦੀ ਰੈਲੀ ਦਾ ਆਯੋਜਨ ਕੀਤਾ ਗਿਆ। ਉਸ ਤੋਂ ਬਾਅਦ ਇੱਕ ਪੈਦਲ ਮਾਰਚ ਕੱਢ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 113ਵੇਂ ਜਨਮ ਦਿਵਸ ਦੇ ਮੌਕੇ 'ਤੇ ਉਹਨਾਂ ਨੂੰ ਸਤਿਕਾਰ ਦੇ ਫੁੱਲ ਭੇਂਟ ਕੀਤੇ ਗਏ। ਇਸ ਦੇ ਨਾਲ ਨਾਲ ਸ਼ਹੀਦੇ ਆਜ਼ਮ ਸਤਿਕਾਰ ਯੋਗ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ 'ਚ ਫੁੱਲ ਸਤਿਕਾਰ ਭੇਂਟ ਕਰਕੇ ਉਹਨਾਂ ਤੋਂ ਇਜਾਜ਼ਤ ਲਈ ਅਤੇ ਉਹਨਾਂ ਦੇ ਅੱਗੇ ਅਰਦਾਸ ਕੀਤੀ ਕਿ ਜਿਵੇਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ ਸੀ, ਅੱਜ ਪੰਜਾਬ ਦੀ ਕਿਸਾਨੀ 'ਤੇ ਜਿਹੜਾ ਇੱਡਾ ਵੱਡਾ ਟਾਈਮ ਆਇਆ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਉਸ ਦੇ ਵਿੱਚੋਂ ਨਿਕਲਿਆ ਜਾ ਸਕੇ, ਉਸ ਦੇ ਲਈ ਇੱਥੋਂ ਤਾਕਤ ਵੀ ਮੰਗੀ। ਸਰਕਾਰ ਆਪਣੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ ਅਤੇ ਕੋਈ ਸੈਂਟਰ ਦੇ ਵਿੱਚ ਕੋਈ ਉਪਰਾਲਾ ਕੀਤਾ ਸਰਕਾਰ ਨੇ? ਜਿਵੇਂ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਭੂਮੀ ਖਟਕੜ ਕਲਾਂ ਵਿਖੇ ਜਾ ਕੇ ਉਹਨਾਂ ਨੇ ਖੁਦ ਸਤਿਕਾਰ ਦੇ ਫੁੱਲ ਭੇਟ ਕੀਤੇ ਨੇ ਅਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ 'ਚ ਸਾਰੇ ਬਾਕੀ ਯੂਥ ਕਲੱਬ ਨੇ ਅਤੇ ਹੋਰ ਜਿਹੜੇ ਸਾਥੀ ਜਿਨ੍ਹਾਂ ਦੇ ਮਨ 'ਚ ਦਰਦ ਹੈ ਪੰਜਾਬ ਦੇ ਪੰਜਾਬੀਅਤ ਲਈ, ਕਿਸਾਨੀ ਲਈ, ਉਹਨਾਂ ਨੇ ਆਪਣੇ ਆਪਣੇ ਏਰੀਆਜ਼ ਦੇ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 'ਤੇ ਸਤਿਕਾਰ ਦੇ ਫੁੱਲ ਭੇਟ ਕੀਤੇ ਹੈ ਅਤੇ ਇੱਕ ਤਾਕਤ ਮੰਗੀ ਹੈ ਕਿ ਕਿਵੇਂ ਇਸ ਨੂੰ ਵਿੱਚੋਂ ਕੱਢਿਆ ਜਾ ਸਕੇ। ਸਾਡੇ ਸਾਰਿਆਂ ਦੇ ਹੀਰੋ ਆ, ਹੀਰੋ ਰਹਿਣਗੇ, ਅਸੀਂ ਉਹਨਾਂ ਦੇ ਚਰਨਾਂ ਸ਼ਰਧਾ ਤੋਂ ਫੁੱਲ ਭੇਟ ਕਰ ਰਹੇ ਹਾਂ ਅਤੇ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦੇ ਹਾਂ ਅਤੇ ਕਿਸਾਨਾਂ ਦੇ ਲਈ ਮਦਦ ਲਈ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸੈਂਟਰ ਗੌਰਮੈਂਟ ਦੇ ਬਿੱਲ ਦੇ ਖਿਲਾਫ਼ ਬੋਲਿਆ ਜਾਵੇ, ਤਾਂ ਸਾਡਾ ਸਾਥ ਦਿੱਤਾ ਜਾਵੇ। ਪੰਜਾਬ ਦਰਪਣ ਨਿਊਜ਼ ਲਈ ਲੁਧਿਆਣਾ ਤੋਂ ਨੰਦ ਲਾਲ ਅਤੇ ਵਿਜੇ ਵਰਮਾ ਦੀ ਵਿਸ਼ੇਸ਼ ਰਿਪੋਰਟ।